ਧੀਆਂ ਤੋਂ ਬਿਨਾਂ ਸ੍ਰਿਸ਼ਟੀ ਦੀ ਕਲਪਨਾ ਨਹੀਂ। DSP ਦੀਪਿਕਾ ਸਿੰਘ। ਬੰਗਾ ਬਲਾਕ ਦੇ ਪਿੰਡ ਜੰਡਿਆਲਾ ਦੇ ਸਰਕਾਰੀ ਪ੍ਰਾਇਮਰੀ ਅਤੇ ਮਿਡਲ ਸਕੂਲ ਵਿੱਚ ਲੋਹੜੀ ਦਾ ਤਿਉਹਾਰ ਅਤੇ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ, ਜਿਸ ਵਿੱਚ DSP ਬੰਗਾ ਦੀਪਿਕਾ ਸਿੰਘ, ਡਿਪਟੀ DPO ਤਰਨਜੀਤ ਸਿੰਘ ਅਤੇ BPO ਅਸ਼ੋਕ ਕੁਮਾਰ ਉਚੇਚੇ ਤੌਰ 'ਤੇ ਸ਼ਾਮਲ ਹੋਏ। ਸਮਾਗਮ ਦੌਰਾਨ ਸਕੂਲ ਦੇ ਨੰਨੇ ਮੁੰਨੇ ਬੱਚਿਆਂ ਨੇ ਰੰਗਾਰੰਗ ਪ੍ਰੋਗਰਾਮ ਪੇਸ਼ ਕਰਕੇ ਸਾਰਿਆਂ ਦਾ ਮਨ ਮੋਹ ਲਿਆ। ਇਸ ਮੌਕੇ ਸਕੂਲ ਦੇ ਸਟਾਫ ਵੱਲੋਂ ਬੱਚਿਆਂ ਦੇ ਖਾਣ ਲਈ ਮੂੰਗਫਲੀ ਅਤੇ ਰਿਓੜੀਆਂ ਵੰਡੀਆਂ ਗਈਆਂ। ਆਏ ਮਹਿਮਾਨਾਂ ਵੱਲੋਂ ਪਿੰਡ ਵਾਸੀਆਂ ਅਤੇ ਸਕੂਲ ਸਟਾਫ ਦੁਆਰਾ ਸਕੂਲ ਦੀ ਦਿੱਖ ਬਦਲਣ ਅਤੇ ਸਕੂਲ ਦਾ ਪੋਸਟਰ ਵੀ ਰਿਲੀਜ਼ ਕੀਤਾ ਗਿਆ। ਇਸ ਮੌਕੇ DSP ਦੀਪਿਕਾ ਸਿੰਘ ਨੇ ਕਿਹਾ ਕਿ ਧੀਆਂ ਸੰਸਾਰ ਦਾ ਆਧਾਰ ਹਨ ਅਤੇ ਧੀਆਂ ਤੋਂ ਬਿਨਾਂ ਸੰਸਾਰ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ। ਬੰਗਾ ਤੋਂ ਅਜੀਤ ਵੈਬ ਟੀਵੀ ਲਈ ਗੁਰਜਿੰਦਰ ਸਿੰਘ ਗੁਰੂ ਅਤੇ ਨਵਜੋਤ ਸਿੰਘ ਜੱਖੂ ਦੀ ਰਿਪੋਰਟ। ਆਏ ਨੇ ਇਸ ਪ੍ਰੋਗਰਾਮ 'ਤੇ ਪਿੰਡ ਦੇ ਸਾਰੇ ਲੋਕ, ਪਿਆਰੇ ਬੱਚੋ, ਪ੍ਰਿੰਸੀਪਲ ਸਾਹਿਬ, ਸਭ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ। ਥੈਂਕ ਯੂ ਸੋ ਮਚ, ਤੁਸੀਂ ਮੈਨੂੰ ਇੱਥੇ ਇਨਵਾਈਟ ਕੀਤਾ। ਹਰ ਵਾਰ ਬਹੁਤ ਖੁਸ਼ੀ ਹੁੰਦੀ ਹੈ ਬੱਚੋ ਤੁਹਾਡਾ ਪ੍ਰੋਗਰਾਮ ਦੇਖ ਕੇ। ਤੁਸੀਂ ਲਾਸਟ ਟਾਈਮ ਜਿਹੜਾ ਉੱਥੇ ਪਰਫੋਰਮ ਕੀਤਾ ਸੀ 15 ਅਗਸਤ 'ਤੇ, ਉਹ ਵੀ ਬਹੁਤ ਅੱਛਾ ਪ੍ਰੋਗਰਾਮ ਸੀ ਅਤੇ ਅੱਜ ਵੀ ਤੁਹਾਡੀ ਐਨਰਜੀ ਜਿਹੜੀ ਸੀ ਬਹੁਤ ਹੀ ਐਪਰੀਸ਼ੀਏਬਲ ਸੀ। ਸੋ ਆਪਣੇ ਵਾਸਤੇ ਜ਼ੋਰਦਾਰ ਤਾੜੀਆਂ ਵਜਾ ਲਓ ਇੱਕ ਵਾਰ। ਵੈਰੀ ਨਾਈਸ ਪ੍ਰੋਗਰਾਮ, ਬਹੁਤ ਵਧੀਆ ਲੱਗਦਾ ਜਦੋਂ ਪਿੰਡ ਵਿੱਚ ਸਰਪੰਚ ਸਾਹਿਬ ਜਿਹੜੇ ਆ ਇੰਨੇ ਵਧੀਆ ਇਨੀਸ਼ੀਏਟਿਵ ਲੈਂਦੇ ਰਹਿੰਦੇ ਨੇ। ਪੂਰਾ ਪਿੰਡ ਮੈਂ ਦੇਖਿਆ ਕਿ ਹਮੇਸ਼ਾ ਜਿਹੜੇ ਸਭ ਤੋਂ ਜ਼ਿਆਦਾ ਐਕਟਿਵ ਤੁਹਾਡਾ ਪਿੰਡ ਹੁੰਦਾ। ਕੋਈ ਵੀ ਕੌਜ਼ ਹੋ ਜਾਏ, ਕੋਈ ਵੀ ਫੈਸਟੀਵਲ ਮਨਾਉਣਾ ਹੋਏ ਜਾਂ ਕੋਈ ਵੀ ਸੋਸ਼ਲ ਕੌਜ਼ ਹੋਏ, ਤੁਸੀਂ ਹਮੇਸ਼ਾ ਸਭ ਤੋਂ ਅੱਗੇ ਹੁੰਦੇ ਹੋ ਇਸ ਕੰਮ ਵਿੱਚ। ਬਹੁਤ ਅੱਛਾ ਲੱਗਦਾ, ਇਸ ਵਾਸਤੇ ਮੈਨੂੰ ਹਮੇਸ਼ਾ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਜਦੋਂ ਵੀ ਤੁਸੀਂ ਸਾਰੇ ਬੁਲਾਓ ਤਾਂ ਮੈਂ ਜ਼ਰੂਰ ਇਸ ਤੁਹਾਡੇ ਜਿਹੜੇ ਪ੍ਰੋਗਰਾਮ ਦਾ ਹਿੱਸਾ ਜ਼ਰੂਰ ਬਣ ਸਕਾਂ। ਲੋਹੜੀ ਦੀ ਮੇਰੇ ਖਿਆਲ ਸੈਲੀਬ੍ਰੇਸ਼ਨ ਵਾਸਤੇ ਅਸੀਂ ਇਕੱਠੇ ਹੋਏ ਹਾਂ। ਇੱਕ ਮੈਸੇਜ ਦੇਣਾ ਚਾਹੂੰਗੀ ਕਿ ਅਸੀਂ ਲੋਹੜੀ ਮੁੰਡੇ ਦੀ ਜਾਂ ਕੁੜੀ ਦੀ ਸੋਚ ਕੇ ਨਾ ਮਨਾਈਏ। ਅਸੀਂ ਇੱਕ ਬੱਚੇ ਦੇ ਇੱਕ ਨਵੇਂ ਜੀ ਦੇ ਘਰ ਵਿੱਚ ਆਉਣ, ਇਸ ਦੁਨੀਆਂ 'ਚ ਆਉਣ ਦੀ ਖੁਸ਼ੀ ਮਨਾਉਣ ਵਾਸਤੇ ਲੋਹੜੀ ਮਨਾਈਏ। ਬਿਕੋਜ਼ ਅੱਜ ਕੱਲ੍ਹ ਕੋਈ ਫਰਕ ਨਹੀਂ ਹੈ ਮੁੰਡੇ ਅਤੇ ਕੁੜੀਆਂ ਵਿੱਚ। ਕੁੜੀਆਂ ਵੀ ਜੇ ਤੁਸੀਂ ਉਹਨਾਂ ਨੂੰ ਚਾਂਸ ਦਿਓ, ਉਹਨਾਂ ਨੂੰ ਮੌਕਾ ਦਿਓ, ਤਾਂ ਉਹ ਵੀ ਤੁਹਾਡਾ ਨਾਮ ਉਸੇ ਤਰੀਕੇ ਨਾਲ ਰੋਸ਼ਨ ਕਰ ਸਕਦੇ ਹੈ। ਉਹ ਵੀ ਜਿਹੜਾ ਹੈਗਾ ਤੁਹਾਡਾ ਉਨਾ ਹੀ ਧਿਆਨ ਰੱਖ ਸਕਦੇ ਜਿੰਨਾ ਤੁਹਾਡੇ ਬੇਟੇ ਧਿਆਨ ਰੱਖਦੇ ਹੈ। ਇਹਦੇ ਵਾਸਤੇ ਮੈਂ ਆਪਣਾ ਵੀ ਦੱਸਣਾ ਚਾਹੂੰਗੀ ਕਿ ਜਦੋਂ ਮੈਂ ਪੈਦਾ ਹੋਈ ਸੀ ਉਸ ਟਾਈਮ ਸਾਰਿਆਂ ਨੇ ਇਹ ਕਿਹਾ ਸੀ ਮੇਰੇ ਫਾਦਰ ਨੂੰ ਕਿ ਤੁਸੀਂ ਇੰਨੇ ਖੁਸ਼ ਕਿਉਂ ਹੋ ਰਹੇ ਹੋ ਕਿ ਤੁਹਾਡੇ ਘਰ 'ਤੇ ਧੀ ਹੋਈ ਹੈ। ਅਤੇ ਇਸੇ ਵਾਸਤੇ ਮੇਰੇ ਫਾਦਰ ਨੇ ਮੇਰੇ ਨਾਮ ਦੇ ਪਿੱਛੇ ਸਿੰਘ ਲਗਾਏ ਸੀ, ਬਿਕੋਜ਼ ਉਹਨਾਂ ਨੇ ਕਿਹਾ ਸੀ ਕਿ ਮੇਰੇ ਵਾਸਤੇ ਮੁੰਡੇ ਅਤੇ ਕੁੜੀ ਵਿੱਚ ਕੋਈ ਵੀ ਫਰਕ ਨਹੀਂ ਹੈ। ਅਤੇ ਤੁਹਾਨੂੰ ਸਾਰਿਆਂ ਨੂੰ ਵੀ ਇਹੀ ਮੈਸੇਜ ਦੇਣਾ ਚਾਹੂੰਗੀ ਕਿ ਤੁਸੀਂ ਆਪਣੀ ਬੱਚੀਆਂ ਨੂੰ ਵੀ ਪੜ੍ਹਾਓ ਲਿਖਾਓ, ਉਹਨਾਂ ਨੂੰ ਵੀ ਇਸ ਕਾਬਿਲ ਬਣਾਓ ਕਿ ਆਪਣੇ ਪੈਰਾਂ 'ਤੇ ਖੜ੍ਹੇ ਹੋ ਸਕਣ, ਉਹਨਾਂ ਨੂੰ ਵੀ ਇਹ ਸ਼ਿਕਸ਼ਾ ਦਿਓ ਕਿ ਜੋ ਵੀ ਅੱਗੇ ਜਾ ਕੇ, ਬਿਕੋਜ਼ ਜੋ ਤੁਸੀਂ ਇੱਕ ਬੇਟੀ ਨੂੰ ਪੜ੍ਹਾਉਂਦੇ ਹੋ, ਬੇਟੀ ਨੂੰ ਅੱਗੇ ਵਧਾਉਂਦੇ ਹੋ, ਅਤੇ ਕਿਹਾ ਜਾਂਦਾ ਤੁਸੀਂ ਪੂਰਾ ਪਰਿਵਾਰ ਜਿਹੜਾ ਆਉਣ ਵਾਲੀ ਜਨਰੇਸ਼ਨ ਹੈ ਉਹਨੂੰ ਵੀ ਅੱਗੇ ਵਧਾ ਰਹੇ ਹੋ, ਅਤੇ ਆਪਣੀ ਆਉਣ ਵਾਲੀ ਜਨਰੇਸ਼ਨ ਵਾਸਤੇ ਆਪਣੇ ਖੁਦ ਦੇ ਸਮਾਜ ਵਾਸਤੇ ਬਹੁਤ ਜ਼ਰੂਰੀ ਹੈ ਕਿ ਤੁਸੀਂ ਬੱਚਿਆਂ ਨੂੰ ਵੀ ਉਨਾ ਹੀ ਮਾਨ ਸਨਮਾਨ ਦਿਓ। ਥੈਂਕ ਯੂ ਸੋ ਮਚ, ਤੁਸੀਂ ਇੱਥੇ ਮੈਨੂੰ ਬੁਲਾਇਆ, ਬਹੁਤ ਵਧੀਆ ਪ੍ਰੋਗਰਾਮ ਹੈ।